ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਰਦਮਪ੍ਰੀਤ ਕੌਰ ਹੈ ਅਤੇ ਮੈਂ 7ਵੀਂ ਕਲਾਸ ਵਿੱਚ ਪੜ੍ਹਦੀ ਹਾਂ। ਮੈਂ ਮਿਲੇਨੀਅਮ ਸਕੂਲ ਅੰਮ੍ਰਿਤਸਰ ਵਿੱਚ ਪੜ੍ਹਦੀ ਹਾਂ। ਮੇਰੇ ਟੀਚਰਸ ਮੈਨੂੰ ਬਹੁਤ ਪਿਆਰ ਕਰਦੇ ਹੈ, ਮੇਰੇ ਘਰ ਵਾਲੇ ਵੀ ਮੈਨੂੰ ਡਾਂਸ ਵਿੱਚ ਅਤੇ ਹਰ ਇੱਕ ਕੰਮ ਵਿੱਚ ਬਹੁਤ ਸਪੋਰਟ ਕਰਦੇ ਹੈ। ਇਹੋ ਜਿਹੀ ਲਵਿੰਗ ਫੈਮਿਲੀ ਕਿਸੇ ਨੂੰ ਮਿਲਦੀ ਹੈ ਅਤੇ ਮੈਂ ਉਹਨਾਂ 'ਚੋਂ ਇੱਕ ਹਾਂ। ਮੈਨੂੰ ਬਹੁਤ ਡਾਂਸ ਦਾ ਬਹੁਤ ਜ਼ਿਆਦਾ ਸ਼ੌਂਕ ਹੈ। ਮੈਂ ਫ੍ਰੀ ਹੋਵਾਂ ਅਤੇ ਡਾਂਸ ਕਰਦੀ ਹਾਂ, ਕੁਛ ਵੀ ਹੋਏ, ਕੋਈ ਵੀ ਮੇਰਾ ਫੇਵਰੇਟ ਗਾਣਾ ਵੱਜੇ ਅਤੇ ਮੈਂ ਡਾਂਸ ਕਰਨ ਤੋਂ ਰੁਕਦੀ ਨਹੀਂ ਹਾਂ। ਮੈਂ ਫੰਕਸ਼ਨਸ ਵਗੈਰਾ 'ਤੇ ਵੀ ਜਾਂਦੀ ਹਾਂ ਤਾਂ ਬਹੁਤ ਡਾਂਸ ਕਰਦੀ ਹਾਂ, ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ। ਮੈਂ ਡਰਾਇੰਗ ਵਗੈਰਾ ਵੀ ਕਰਦੀ ਹਾਂ ਅਤੇ ਪੜ੍ਹਾਈ ਵਿੱਚ ਵੀ ਚੰਗੀ ਹਾਂ। ਮੇਰੇ ਟੀਚਰਸ ਵੀ ਮੇਰੇ ਤੋਂ ਬਹੁਤ ਖੁਸ਼ ਨੇ। ਮੈਂ ਜਦੋਂ ਫ੍ਰੀ ਹੁੰਦੀ ਹਾਂ, ਕੰਮ ਕਰ ਲੈਂਦੀ ਹਾਂ ਆਪਣਾ, ਤਾਂ ਮੈਂ ਦਾਦੀ ਦਾਦੂ ਕੋਲ ਚਲੀ ਜਾਂਦੀ ਹਾਂ, ਗੱਲਾਂ ਬਾਤਾਂ ਕਰਦੀ ਹਾਂ ਅਤੇ ਲੁੱਡੋ ਖੇਡਦੀ ਹਾਂ ਅਤੇ ਅਸੀਂ ਬਹੁਤ ਗੱਲਾਂ ਕਰਦੇ ਹਾਂ। ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੈ। ਰਾਤੀ ਜਦੋਂ ਪਾਪਾ ਘਰ ਆਉਂਦੇ ਹੈ ਅਤੇ ਉਦੋਂ ਅਸੀਂ ਬੈਠ ਕੇ ਗੱਲਾਂ ਕਰਦੇ ਹਾਂ ਅਤੇ ਫਿਰ ਥੋੜ੍ਹੀ ਦੇਰ ਬਾਅਦ ਮੈਂ ਸੌਣ ਚਲੀ ਜਾਂਦੀ ਹਾਂ। ਇਹ KKH ਦੀ ਇੱਕ ਇਹੋ ਜਿਹਾ ਪਲੈਟਫਾਰਮ ਹੈ ਜਿਹਨੇ ਮੈਨੂੰ ਇੰਨਾ ਉੱਚਾ ਪਹੁੰਚਾਇਆ ਹੈ ਅਤੇ ਮਤਲਬ ਮੈਂ ਡਾਂਸ ਵਿੱਚ ਇੰਨੀ ਅੱਗੇ ਵੱਧ ਸਕੀ ਹਾਂ। ਮੈਨੂੰ ਸਾਰੇ ਬਹੁਤ ਸਪੋਰਟ ਕਰਦੇ ਹੈ। ਮੇਰੇ ਭੈਣ ਭਰਾ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੈ। ਦਾਦੀ ਦਾਦੂ ਸਾਰੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਹੈ। ਮੇਰੀ ਛੋਟੀ ਭੈਣ ਅਤੇ ਛੋਟਾ ਭਰਾ ਜੋ ਹੈ, ਉਹ ਜਦੋਂ ਫ੍ਰੀ ਹੋਣ ਜਾਂ ਉਹਦਾ ਉਹ ਬੋਰ ਹੁੰਦੇ ਹੋਣ ਤਾਂ ਮੇਰੇ ਕੋਲ ਆ ਜਾਂਦੇ ਕਿ ਸਾਨੂੰ ਇੱਕ ਨਵਾਂ ਗਾਣਾ ਸਿਖਾਓ, ਅਤੇ ਮੈਂ ਉਹਨਾਂ ਨੂੰ ਡਾਂਸ ਵੀ ਸਿਖਾਉਂਦੀ ਹਾਂ, ਜਿਵੇਂ ਰੋਜ਼ ਘੰਟਾ ਜਾਂ ਕੁਛ, ਅਤੇ ਇੱਕ ਸੌਂਗ ਪ੍ਰਿਪੇਅਰ ਕਰਦੇ, ਉਹਨਾਂ ਨੂੰ ਬਹੁਤ ਮਜ਼ਾ ਆਉਂਦਾ। ਹੁਣ ਮੈਂ KKH ਦੇ ਵਿੱਚ ਆਈ ਹਾਂ ਅਤੇ ਇੰਨਾ ਮਤਲਬ ਮੈਂ ਗ੍ਰੈਂਡ ਫਿਨਾਲੇ ਤੱਕ ਪਹੁੰਚ ਗਈ ਹਾਂ ਅਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਪਈ ਹੈ। ਮੇਰੇ ਮੰਮਾ ਪਾਪਾ, ਦਾਦੀ ਦਾਦੂ, ਚਾਚੀ ਚਾਚੂ ਬਹੁਤ ਜ਼ਿਆਦਾ ਖੁਸ਼ ਹੈ ਅਤੇ ਬਹੁਤ ਪ੍ਰਾਊਡ ਫੀਲ ਕਰਦੇ ਆ, ਅਤੇ ਮੈਂ ਵੀ ਬਹੁਤ ਖੁਸ਼ ਹਾਂ ਕਿ ਮੈਂ ਉਹਨਾਂ ਨੂੰ ਇੰਨਾ ਉੱਚਾ ਉਹਨਾਂ ਦਾ ਨਾਮ ਕਰਦੀ ਪਈ ਹਾਂ ਅਤੇ ਉਹਨਾਂ ਨੂੰ ਰੋਸ਼ਨ ਕਰਦੀ ਪਈ ਹਾਂ। ਮੈਂ KKH ਦਾ ਬਹੁਤ ਜ਼ਿਆਦਾ ਧੰਨਵਾਦ ਕਰਾਂਗੀ ਕਿ ਉਹਨਾਂ ਨੇ ਮੈਨੂੰ ਇੰਨਾ ਉੱਚਾ ਪਹੁੰਚਾਇਆ ਅਤੇ ਹੁਣ ਅੱਗੇ ਬਾਬਾ ਜੀ ਮੇਰੇ ਉੱਤੇ ਮਿਹਰ ਕਰਨ ਅਤੇ ਅੱਗੇ ਪਹੁੰਚਾਉਂਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਪੁਸ਼ਪਿੰਦਰ ਸਿੰਘ ਹੈ, ਮੈਂ ਰਿਦਮਪ੍ਰੀਤ ਕੌਰ ਦਾ ਫਾਦਰ। ਰਿਦਮਪ੍ਰੀਤ ਕੌਰ ਮੇਰੀ ਬਹੁਤ ਲਾਡਲੀ ਬੇਟੀ, ਇਹ ਹਰ ਖੇਤਰ 'ਚ ਮੇਰਾ ਨਾਮ ਅੱਗੇ ਵਧਾ ਰਹੀ। ਪੜ੍ਹਨ 'ਚ ਹੁਸ਼ਿਆਰ, ਖੇਡਣ 'ਚ ਹੁਸ਼ਿਆਰ, ਕਿਸੇ ਨਾਲ ਗੱਲਬਾਤ ਕਰਨੀ, ਕਿਸ ਤਰ੍ਹਾਂ ਵਿਚਰਨਾ, ਇਹਨੂੰ ਸਾਰਾ ਆਉਂਦਾ। ਸਤਿਗੁਰੂ ਜੀ ਵੱਲੋਂ ਮੈਂ ਹਰ ਵੇਲੇ ਸ਼ੁਕਰਾਨਾ ਸਤਿਗੁਰੂ ਜੀ ਦਾ ਕਰਦਾ ਕਿ ਇੰਨੀ ਪਿਆਰੀ ਬੇਟੀ ਸਤਿਗੁਰੂ ਜੀ ਨੇ ਮੇਰੀ ਝੋਲੀ 'ਚ ਪਾਈ। ਇਹ ਨੈਸ਼ਨਲ ਲੈਵਲ 'ਤੇ ਵੀ ਐਰੋਬਿਕਸ ਵੀ ਖੇਡ ਕੇ ਆਈ ਹੈ, ਇਹ ਸਕੂਲ 'ਚ ਵੀ ਅਵਲ ਰਹਿੰਦੀ ਹੈ, ਬਹੁਤ ਵਾਰ ਸਟੂਡੈਂਟ ਆਫ ਦਾ ਈਅਰ ਸਕੂਲ 'ਚ ਬਣਦੀ ਹੈ। ਮੈਂ ਇੱਕ ਹੁੰਦਾ ਕਿ ਬਈ ਇਹ ਮੇਰੀ ਬੇਟੀ ਹੈ, ਹੁਣ ਲੋਕ ਇੱਦਾਂ ਜਾਣਦੇ ਨੇ ਕਿ ਮੈਂ ਇਹਦਾ ਪਾਪਾ ਹਾਂ। ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਲੋਕ ਕਹਿੰਦੇ ਰਿਦਮਪ੍ਰੀਤ ਕੌਰ ਦਾ ਫਾਦਰ ਹੈ। KKHD ਦੇ ਵਿੱਚ ਇਹਨੇ ਪਾਰਟੀਸਪੇਟ ਕੀਤਾ, ਉਹਨਾਂ ਦੀ ਟੀਮ ਨੇ ਇਹਨੂੰ ਇੰਨਾ ਹੈਲਪ ਕੀਤੀ ਹੈ, ਇੰਨੀ ਹੈਲਪ ਕੀਤੀ ਹੈ, ਅਗਲੀ ਸਟੇਜਾਂ 'ਤੇ ਜਾ ਰਹੀ ਹੈ। ਮੈਨੂੰ ਬੜਾ ਅੰਦਰ ਖੁਸ਼ੀ ਆਉਂਦੀ ਜਦੋਂ ਮੈਂ ਇਹਨੂੰ ਹਰ ਖੇਤਰ 'ਚ ਅੱਗੇ ਜਾਂਦੇ ਵੇਖਦਾ। ਮੈਂ KKHD ਦਾ ਵੀ ਬਹੁਤ ਧੰਨਵਾਦੀ ਹਾਂ, ਉਹਨਾਂ ਦੀ ਟੀਮ ਦਾ ਬਹੁਤ ਧੰਨਵਾਦੀ ਹਾਂ, ਉਹ ਬਹੁਤ ਸਪੋਰਟ ਕਰਦੇ ਨੇ। ਜਿਸ ਤਰ੍ਹਾਂ ਜੋ ਕੁਝ ਦੱਸਣਾ ਹੁੰਦਾ, ਕਈ ਵਾਰੀ ਨਹੀਂ ਪਤਾ ਹੁੰਦਾ ਬਈ ਕਿ ਇਹ ਚੀਜ਼ ਕਿੱਦਾਂ ਕਰਨੀ ਹੈ, ਉਹ ਆਪ ਦੱਸਦੇ ਨੇ ਕਿ ਬੱਚੇ ਨੂੰ ਇਹ ਚੀਜ਼ ਕਰਾਓ, ਬੱਚਾ ਫਿਰ ਉਸ ਤਰੀਕੇ ਨਾਲ ਆਪਣਾ ਉਹਦਾ ਟੈਲੈਂਟ ਨਿਖਰ ਰਿਹਾ।
ਅਤੇ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਉਹਨਾਂ ਦਾ ਵੀ ਅਤੇ ਸਤਿਗੁਰੂ ਜੀ ਅੱਗੇ ਬੇਨਤੀ ਕਰਦਾ ਹਾਂ ਕਿ ਇਸ ਚੈਨਲ ਨੂੰ ਬਹੁਤ ਚੜ੍ਹਦੀ ਕਲਾ 'ਚ ਲੈ ਕੇ ਜਾਵੇ ਅਤੇ ਹਰ ਵੇਲੇ ਬੇਨਤੀ ਸਤਿਗੁਰੂ ਜੀ ਅੱਗੇ ਮੇਰੇ ਬੱਚੇ ਲਈ ਵੀ ਕਿ ਸਤਿਗੁਰੂ ਜੀ ਇੱਥੇ ਹੱਥ ਰੱਖਣ ਸਿਰ 'ਤੇ, ਇਹਦਾ ਨਾਮ ਰੋਸ਼ਨ ਹੋਵੇ ਅਤੇ ਇਹਦੇ ਸਦਕਾ ਸਾਡਾ, ਸਾਡੇ ਪਰਿਵਾਰ ਦਾ, ਸਾਡੇ ਸ਼ਹਿਰ ਦਾ ਨਾਮ ਵੀ ਅੱਗੇ ਵਧੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਬਬਲੀਨ ਹੈ, ਮੈਂ ਰਿਦਮਪ੍ਰੀਤ ਦੀ ਮੰਮਾ। ਰਿਦਮ ਮੇਰੀ ਬਹੁਤ ਹੀ ਪਿਆਰੀ ਅਤੇ ਲਾਡਲੀ ਬੇਟੀ ਹੈ। ਇਹ ਬਿਲਕੁਲ ਹੀ ਗੋਡ ਗਿਫਟਿਡ ਚਾਈਲਡ ਹੈਗਾ। ਇਹਦੇ ਹਰ ਗੱਲ ਹੀ ਬਹੁਤ ਚੰਗੀ ਹੁੰਦੀ ਹੈ, ਹਰ ਕੰਮ ਚੰਗੇ ਹੀ ਹੈ। ਡਾਂਸ ਦਾ ਤੈਨੂੰ ਬਿਲਕੁਲ ਪੈਸ਼ਨ ਨਹੀਂ ਹੈਗਾ ਨਾ, ਜਿਸ ਤਰ੍ਹਾਂ ਪੜ੍ਹਦੀ ਵੀ ਹੋਏਗੀ, ਬ੍ਰੇਕ ਲੈਣ ਵਾਸਤੇ ਫ੍ਰੀ ਹੋਣ ਵਾਸਤੇ ਮੈਂ ਡਾਂਸ ਕਰਨਾ, ਕੁਛ ਜਾਣਾ ਮੈਂ ਡਾਂਸ ਕਰਨਾ, ਸਾਰਾ ਦਿਨ ਜਿੰਨਾ ਮਰਜ਼ੀ ਥੱਕੀ ਹੋਵੇ ਨਾ ਡਾਂਸ ਕਰਨਾ ਹੀ ਕਰਨਾ। ਇੱਥੋਂ ਤੱਕ ਕਹਿੰਦੀ ਹੈ ਕਿ ਜੇ ਮੈਨੂੰ ਚੋਟ ਵੀ ਲੱਗੀ ਹੋਏ ਨਾ, ਮਿਊਜ਼ਿਕ ਮੇਰੀ ਪਸੰਦ ਦਾ ਲੱਗੇ, ਤਾਂ ਮੈਂ ਉਸੇ ਵੇਲੇ ਡਾਂਸ ਕਰਨਾ ਸ਼ੁਰੂ ਕਰਦਾ। ਹੋਰ ਹੈ, ਬਾਕੀ ਪੜ੍ਹਾਈ ਵਿੱਚ ਵੀ ਬਹੁਤ ਅੱਗੇ ਹੈ, ਘਰ ਵਿੱਚ ਸਾਰੇ ਬੱਚਿਆਂ ਨੂੰ ਡਾਂਸ ਸਿਖਾਉਂਦੀ ਹੈ। ਕਦੀ ਕਦੀ ਮੈਨੂੰ ਵੀ ਕਹੇਗੀ ਮੇਰੇ ਨਾਲ ਡਾਂਸ ਕਰਿਆ ਕਰੋ, ਬਟ ਮੈਂ ਕਰਦੀ ਨਹੀਂ ਹਾਂ। ਇਹਦੇ ਵੱਲ ਦੇਖ ਕੇ ਸ਼ੌਂਕ ਬੜਾ ਆਉਂਦਾ ਹੈ, ਕਦੀ ਕਦੀ ਬੰਦ ਕਮਰੇ 'ਚ ਕਰ ਲੈਂਦੀ ਹਾਂ, ਪਰ ਸਾਰਿਆਂ ਸਾਹਮਣੇ ਨਹੀਂ ਕਰਦੀ। ਹੋਰ ਹੈ, ਸਭ ਦਾ ਬਹੁਤ ਧਿਆਨ ਰੱਖਦੀ ਹੈ, ਬਹੁਤ ਕੇਅਰਿੰਗ ਹੈ, ਘਰ ਦੇ ਕੰਮਾਂ 'ਚ ਮੇਰਾ ਬਹੁਤ ਹੈਲਪ ਕਰਦੀ ਹੈ, ਛੋਟੇ ਭੈਣ ਭਰਾ ਨੂੰ ਪੜ੍ਹਾਉਣ ਦੇ ਵਿੱਚ, ਡਾਂਸ ਸਿਖਾਉਣ 'ਚ, ਹਰ ਜਗ੍ਹਾ 'ਤੇ ਮੇਰਾ ਬਹੁਤ ਧਿਆਨ ਰੱਖਦੀ। ਮੈਂ ਨਹੀਂ ਠੀਕ ਹੁੰਦੀ, ਮੈਨੂੰ ਮੈਡੀਸਿਨ ਦੇਣੀ, ਸਾਰਾ ਕੁਛ ਕਰਨਾ, ਮਤਲਬ ਛੋਟੀ ਹੋ ਕੇ ਵੀ ਵੱਡਿਆਂ ਵਾਂਗਣ ਕੰਮ ਕਰਦੀ ਹੈ। ਮੇਰਾ ਬਿਲਕੁਲ ਫਰੈਂਡਸ ਹਾਂ ਅਸੀਂ ਦੋਨੋਂ, ਹਰ ਗੱਲ ਮੇਰੇ ਨਾਲ ਸ਼ੇਅਰ ਕਰਦੀ ਹੈ, ਮੈਨੂੰ ਪੁੱਛੇਗੀ ਕੀ ਕਰਾਂ ਕੀ ਨਾ ਕਰਾਂ। ਬਸ ਮਤਲਬ ਮੈਂ ਬਾਬਾ ਜੀ ਤੋਂ ਬਹੁਤ ਸ਼ੁਕਰ ਕਰਦੀ ਹਾਂ ਕਿ ਇੰਨਾ ਅੱਛਾ ਮੈਨੂੰ ਬੱਚਾ ਮਿਲਿਆ, ਸਾਰਿਆਂ ਦਾ ਬਹੁਤ ਧਿਆਨ ਰੱਖਣ ਵਾਲੀ। ਅਤੇ KKHT ਤੱਕ ਜਦੋਂ ਆਡੀਸ਼ਨਸ ਦੇਣ ਗਈ ਸੀ, ਫਸਟ ਆਡੀਸ਼ਨ ਦਿੱਤਾ ਅਤੇ ਬੜੀ ਖੁਸ਼ੀ ਹੋਈ ਕਿ ਸਿਲੈਕਟ ਹੋ ਗਈ ਹੈ। ਫਿਰ ਸਟੇਜ ਬਾਏ ਸਟੇਜ ਅੱਗੇ ਗਈ, ਸੈਕਿੰਡ, ਥਰਡ, ਹੁਣ ਗ੍ਰੈਂਡ ਫਿਨਾਲੇ 'ਚ ਪਹੁੰਚ ਗਈ ਹੈ, ਅਤੇ ਬਹੁਤ ਖੁਸ਼ੀ ਹੈ। ਬਸ ਇੰਨਾ ਹੈ ਕਿ ਹੁਣ ਜਿੱਤ ਕੇ ਆਏ, ਜਿਸ ਤਰ੍ਹਾਂ ਮਿਹਨਤ ਕਰਦੀ ਪਈ, ਉਹਨਾਂ ਦੀ ਮਿਹਨਤ ਦਾ ਫਲ ਮਿਲੇ ਪੂਰਾ, ਬਾਬਾ ਜੀ ਮਿਹਰ ਕਰਨ ਇਹਦੇ ਉੱਪਰ। ਮੈਨੂੰ ਇਹ KKHT ਦਾ ਉਪਰਾਲਾ ਬਹੁਤ ਚੰਗਾ ਲੱਗਾ ਹੈ। ਇਹ ਛੋਟੇ ਛੋਟੇ ਸ਼ਹਿਰਾਂ 'ਚੋਂ ਬੱਚੇ ਚੁਣ ਕੇ ਲੈ ਕੇ ਜਾਂਦੇ ਆ, ਜਿਸ ਤਰ੍ਹਾਂ ਤਰਨ ਤਾਰਨ ਦੇ ਵਿੱਚ, ਮਤਲਬ ਪਤਾ ਵੀ ਨਹੀਂ ਹੁੰਦਾ ਕਿ ਇਹ ਸ਼ੋਅ ਹੈਗਾ, ਜਾਂ ਬਹੁਤ ਵੱਡੇ ਲੈਵਲਸ 'ਤੇ ਜਾਣਾ ਤਾਂ ਇਹਨਾਂ ਦਾ ਹੁੰਦਾ ਨਹੀਂ ਸਾਫ, ਅਤੇ ਇੱਥੋਂ ਛੋਟੇ ਸ਼ਹਿਰਾਂ 'ਚੋਂ ਚੁਣ ਕੇ ਅੱਗੇ ਉਹਨਾਂ ਨੂੰ ਵੱਡੇ ਲੈਵਲਸ 'ਤੇ ਲੈ ਕੇ ਜਾਂਦੇ ਹੈ। ਹੁਣ ਇਹਨਾਂ ਨੂੰ ਜਿਹੜਾ ਕੋਈ ਨਹੀਂ ਵੀ ਜਾਣਦਾ, ਉਹ ਵੀ ਪੁੱਛਦਾ ਆ ਕਿ ਰਿਦਮਪ੍ਰੀਤ ਤਰਨ ਤਾਰਨ ਦੀ ਹੈ, ਤੁਹਾਡੀ ਬੇਟੀ ਹੈ, ਬੜਾ ਅੱਛਾ ਕਰਦੀ ਹੈ। ਮੀਨਸ ਜਿਸ ਤਰ੍ਹਾਂ ਨੈਸ਼ਨਲ ਲੈਵਲ ਦੇ ਚੈਨਲਸ ਸਿਰਫ ਵੱਡੇ ਵੱਡੇ ਸ਼ਹਿਰਾਂ ਤੱਕ ਸੀਮਿਤ ਹੁੰਦੇ ਆ, ਬਟ KKHD ਦੂਰ ਦੂਰ ਜਾ ਕੇ ਛੋਟੇ ਛੋਟੇ ਜਗ੍ਹਾ ਤੋਂ ਬੱਚੇ ਚੁਣ ਕੇ ਲੈ ਕੇ ਜਾਂਦੇ ਅੱਗੇ, ਕਿ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਪਲੈਟਫਾਰਮ ਦੀ, ਇਹਨਾਂ ਦਾ ਪਲੈਟਫਾਰਮ ਬਹੁਤ ਅੱਛਾ ਹੈਗਾ। ਹੁਣ ਬਾਬਾ ਜੀ ਤੋਂ ਇਹੀ ਪ੍ਰੇ ਕਰਦੇ ਹਾਂ ਕਿ ਰਿਦਮਪ੍ਰੀਤ KKHD ਜਿੱਤ ਕੇ ਘਰ ਆਏ, ਸਾਡੇ ਸਾਰਿਆਂ ਦਾ ਪਰਿਵਾਰ ਦਾ ਨਾਮ ਰੋਸ਼ਨ ਕਰੇ, ਅੱਗੇ ਵੀ ਕਰਦੀ ਆਈ ਹੈ, ਹੁਣ ਵੀ ਕਰਦੀ ਰਹੇ। KKHD ਦਾ ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਸਿਮਰਨਪਾਲ ਸਿੰਘ ਹੈ, ਮੈਂ ਰਿਦਮਪ੍ਰੀਤ ਕੌਰ ਦਾ ਚਾਚਾ ਹਾਂ। ਰਿਦਮਪ੍ਰੀਤ ਕੌਰ ਮੇਰੀ ਬਹੁਤ ਲਾਡਲੀ ਭਤੀਜੀ ਹੈ। ਇਸ ਨੂੰ ਬਚਪਨ ਤੋਂ ਹੀ ਡਾਂਸ ਦਾ, ਮਿਊਜ਼ਿਕ ਦਾ ਬਹੁਤ ਸ਼ੌਂਕ ਹੈ। ਬਚਪਨ ਤੋਂ ਹੀ ਇਹ ਵਿੱਦਿਆ ਦੇ ਵਿੱਚ ਹਰ ਖੇਤਰ ਦੇ ਵਿੱਚ ਸਭ ਤੋਂ ਅੱਗੇ ਰਹਿੰਦੀ ਹੈ। ਇਸਨੇ ਹਰ ਕਲਾਸ ਦੇ ਵਿੱਚ ਸਭ ਤੋਂ ਅੱਗੇ ਰਹਿ ਕੇ ਸਾਡਾ ਮਾਣ ਵਧਾਇਆ। ਰਿਦਮ ਇੱਥੋਂ ਤੱਕ ਕਿ ਗੁਰਬਾਣੀ ਦੇ ਵਿੱਚ ਵੀ, ਡਾਂਸ ਦੇ ਵਿੱਚ ਵੀ, ਹਰ ਖੇਤਰ ਦੇ ਵਿੱਚ ਇਹਨੇ ਸਕੂਲ ਦਾ, ਪਰਿਵਾਰ ਦਾ ਬਹੁਤ ਨਾਮ ਵਧਾਇਆ। ਮੇਰਾ ਨਾਮ ਰੀਮਾ ਹੈ, ਮੈਂ ਰਿਦਮਪ੍ਰੀਤ ਨੂੰ ਬਹੁਤ ਪਿਆਰ ਕਰਦੀ ਹਾਂ। ਉਹ ਹਰ ਵਕਤ ਮੇਰੇ ਨਾਲ ਰਹਿੰਦੀ ਹੈ, ਕਈ ਵਾਰ ਮੈਨੂੰ ਕੋਈ ਵੀ ਚੀਜ਼ ਦੀ ਲੋੜ ਹੋਵੇ ਤਾਂ ਮੇਰੇ ਕੋਲ ਵੀ ਆ ਜਾਂਦੀ ਹੈ, ਅਤੇ ਅਸੀਂ ਆਪਸ ਵਿੱਚ ਦੋਨੋਂ ਬੜੇ ਪਿਆਰ ਨਾਲ ਰਹਿੰਦੇ ਹਾਂ। ਉਹ ਮੇਰੇ ਕੋਲ ਕਾਫੀ ਦੇਰ ਬੈਠਦੀ ਹੈ, ਮੇਰੇ ਨਾਲ ਆਪਣੀ ਹਰ ਗੱਲਾਂ ਸ਼ੇਅਰ ਵੀ ਕਰਦੀ ਹੈ, ਅਤੇ ਮੈਂ ਉਹਨੂੰ ਬਹੁਤ ਪਿਆਰ ਕਰਦੀ ਹਾਂ। ਅਸੀਂ ਹਰ ਟਾਈਮ ਕਾਫੀ ਟਾਈਮ ਇਕੱਠੇ ਵੀ ਰਹਿੰਦੇ ਹਾਂ। ਜਦੋਂ ਮੇਰੀ ਮੈਰਿਜ ਹੋਈ ਸੀ ਉਦੋਂ ਵੀ ਉਹ ਕਾਫੀ ਦੇਰ ਮੇਰੇ ਕੋਲ ਰਹਿੰਦੀ ਸੀ, ਉਹ ਛੋਟੀ ਜੀ ਸੀ ਪਰ ਉਹ ਮੈਨੂੰ ਬਹੁਤ ਪਿਆਰ ਕਰਦੀ ਸੀ। ਹਜੇ ਤੱਕ ਅਸੀਂ ਇਕੱਠੇ ਰਹਿੰਦੇ ਹਾਂ, ਉਹ ਮੇਰੇ ਵਾਂਗੂ ਹੀ ਹੈ। ਅਸੀਂ ਹਰ ਕੁਛ ਇਕੱਠੇ ਸ਼ੇਅਰ ਕਰਦੇ ਹਾਂ, ਹਰ ਟਾਈਮ ਅਸੀਂ
ਇਕੱਠੇ ਰਹਿੰਦੇ ਹਾਂ, ਖੇਡਦੇ ਹਾਂ, ਸਭ ਕੁਛ ਕਰਦੇ ਹਾਂ। ਡਾਂਸ ਦਾ ਵੀ ਬਹੁਤ ਸ਼ੌਂਕ ਹੈ, ਉਹ ਘਰ ਦੇ ਵਿੱਚ ਡਾਂਸ ਕਲਾਸਿਸ ਵੀ ਲਗਾਉਂਦੀ, ਉਹਦੇ ਵਿੱਚ ਮੇਰੀ ਬੇਟੀ ਵੀ, ਉਹਦੇ ਕੋਲੋਂ ਕਾਫੀ ਕੁਛ ਸਿੱਖਦੀ ਹੈ। ਉਹ ਘਰ ਦੇ ਹਰ ਬੱਚੇ ਨਾਲ ਆਪਣੀ ਹਰ ਚੀਜ਼ ਸ਼ੇਅਰ ਕਰਦੀ ਹੈ ਅਤੇ ਉਹਨਾਂ ਨੂੰ ਵੀ ਆਪਣੇ ਨਾਲ ਹੀ ਜਿਸ ਤਰ੍ਹਾਂ ਦੀ ਉਹ ਹੈਗੀ ਹੈ ਆਪਣੇ ਨਾਲ ਉਸ ਨਾਲ ਸਭ ਕੁਛ ਬਣਾਉਣ ਲਈ ਵੀ ਪ੍ਰੇਰਨਾ ਦਿੰਦੀ ਹੈ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿਰਦਮ ਸਾਡਾ, ਸਾਡੇ ਪਰਿਵਾਰ ਦਾ, ਸਾਡੀ ਸਟੇਟ ਦਾ ਬਹੁਤ ਨਾਮ ਰੋਸ਼ਨ ਕਰੇ। ਗੁਰੂ ਸਾਹਿਬ ਅੱਗੇ ਇਹੀ ਅਰਦਾਸ ਹੈ ਕਿ ਉਹਨੂੰ ਵੱਧ ਤੋਂ ਵੱਧ ਤਰੱਕੀਆਂ ਮਿਲਣ। ਮੇਰਾ ਨਾਮ ਕਵਲਜੀਤ ਸਿੰਘ, ਰਿਦਮ ਕੌਰ ਮੇਰੀ ਪੁੱਤਰੀ ਹੈ, ਇਹ ਮੇਰੀ ਲਾਡੋ ਹੈ, ਇਹ ਮੇਰੇ ਬਾਗ ਦਾ ਖਿੜਿਆ ਫੁੱਲ ਹੈ ਜਿਹਦੀ ਮਹਿ ਕਿਉਂ ਬਹੁਤ ਸਾਰੇ ਪਾਸੇ ਖਲੇਰਦੀ ਹੈ। ਇਹ ਆਪਣੇ ਦਿਨ ਦੀ ਸ਼ੁਰੂਆਤ ਬਾਬਾ ਜੀ ਦੇ ਕਮਰੇ ਤੋਂ ਕਰਦੀ ਹੈ। ਜੇ ਬਾਬਾ ਜੀ ਦੇ ਕਮਰੇ 'ਚ ਜਿਕਾਰਾ ਬੁਲਾਉਂਦੀ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਦਾ ਆਸ਼ੀਰਵਾਦ ਦੇ ਨਾਲ ਇਹ ਚੜ੍ਹਦੀਆਂ ਕਲਾਂ 'ਚ ਰਹਿੰਦੀ ਹੈ। ਇਹ ਸਵੇਰੇ ਸ਼ਾਮ ਆਪਣੇ ਦਾਦੇ ਨੂੰ ਮਿਲਣ ਆਉਂਦੀ, ਰਾਤ ਨੂੰ ਮਿਲ ਕੇ ਜਾਂਦੀ ਹੈ। ਮੈਨੂੰ ਉੱਥੇ ਬਹੁਤ ਮਾਣ, ਬਸ ਸਤਿਗੁਰ ਕਿਰਪਾ ਕਰਨ ਚੜ੍ਹਦੀਆਂ ਕਲਾਂ 'ਚ ਰਹੇ। ਮੇਰਾ ਨਾਮ ਹਰਜੀਤ ਕੌਰ ਹੈ, ਮੇਰੀ ਸਾਰੇ ਬੱਚੇ ਲਾਡਲੇ ਆ, ਪਰ ਸਾਰਿਆਂ ਨਾਲੋਂ ਜ਼ਿਆਦਾ ਲਾਡਲੀ ਹੈ ਕਿਉਂਕਿ ਇਹ ਡਾਂਸ ਵਿੱਚ, ਇਹ ਪਾਠ ਵਿੱਚ, ਇਹ ਆਪਣੇ ਸਕੂਲ ਵਿੱਚ ਹਰ ਜਗ੍ਹਾ 'ਤੇ ਅਵਲ ਆਉਂਦੀ ਹੈ। ਇਹ ਦੁਸਤੀ ਵੀ ਹੈ ਔਰ ਮਨਾਉਂਦੀ ਵੀ ਹੈ, ਦੋਨੋਂ ਕੰਮ ਇਸ ਨੂੰ ਆਉਂਦੇ ਹੈ। ਇਹ ਕਿਚਨ ਵਿੱਚ ਵੀ ਪਰਫੈਕਟ ਹੈ, ਸਭ ਨੂੰ ਇਸਨੇ ਐਰਕੀ ਸਮਰ ਕੈਂਪ ਲਗਾਇਆ ਸੀ ਘਰ, ਸਭ ਨੂੰ ਡਾਂਸ ਸਿਖਾਇਆ ਸੀ, ਸਾਰੇ ਗਲੀ ਵਾਲੇ ਬੱਚਿਆਂ ਨੂੰ ਬੁਲਾ ਕੇ। ਅਸੀਂ ਸਤਿਗੁਰ ਅੱਗੇ ਅਰਦਾਸ ਕਰਦੇ ਹਾਂ ਮੇਰੀ ਇਹ ਲਾਡੋ ਚੜ੍ਹਦੀ ਕਲਾ ਰਵੇ, ਪਰਿਵਾਰ ਦਾ ਨਾਮ ਰੋਸ਼ਨ ਕਰੇ, ਸਾਡਾ ਆਸ਼ੀਰਵਾਦ ਵੀ ਇਹਦੇ ਨਾਲ ਆ, ਇਹ ਸਾਰੇ ਪਾਸੇ ਰੋਸ਼ਨੀ ਕਰੇ, ਮਹਿਕ ਫੁਲਾਵੇ, ਚੜ੍ਹਦੀ ਕਲਾ 'ਚ ਰਵੇ, ਸਾਡੇ ਆਸ਼ੀਰਵਾਦ ਦੇ ਨਾਲ। Hello everybody, I am Shailja Tandon, Vice Principal of the Millennium School, Amritsar. For us it's a matter of pride that our student Ridhampreet has been selected in the grand finale of this tremendous, wonderful program. I think for educators, it's a great moment when you see your children excel in any field of their choice. Because school life is not just about academics, it's about, I think, channelizing your potential in whatever field that you like. And Ridham, yes, has chosen dance, that's her passion, and her talent of course is in that field, and we're so happy to see her shine and excel in that chosen field. And this couldn't have been possible if she hadn't got the support of her parents, her teachers and everybody alike. And of course kudos to her own inner confidence that she believes in what she is doing, and she's doing it in the best possible way. We wish her all the best for a wonderful life ahead. We are very thankful to the show Kisme Kitna Hai Dam that is giving such a wonderful platform to young children to come forth and showcase their talent before everybody. Thank you and keep up your good work.
माय नेम इज़ सोनल, मैं मिलेनियम स्कूल की डांस टीचर हूँ. इन 2016 जब मैंने स्कूल ज्वाइन किया था रिदम, मैं बहुत छोटी थी तब मेरे पास डांस सीखने आया करती थी इन TDP, तो बहुत अच्छा डांस करती थी. तो फिर धीरे धीरे उसको सिखाना स्टार्ट किया तो काफ़ी अच्छा करना शुरू कर दिया उसने. तो अब काफ़ी अच्छा करती है, एरोबिक्स में काफ़ी अच्छी है, डांस में काफ़ी अच्छी है, स्टडी में बहुत अच्छी है. क्लास में हमेशा उसको स्माइल करते ही देखती हूँ, मतलब डांस में उसे स्माइल करते देखती हूँ, और डांस के लिए उसका पैशन बहुत अच्छा है. और काफ़ी शो कर चुकी है अभी, और काफ़ी स्कूल्स के लिए प्राइज लाती है. अभी सैडअप इन के लिए फर्स्ट प्राइज लेके आई है, एरोबिक्स के लिए फर्स्ट प्राइज लेके आई है. बहुत अच्छा करती है हमेशा. जब भी रिदम डांस रूम में आती है तो कभी डांस के लिए गलती नहीं करती. उसे जल्दी जल्दी जो भी स्टेप बताती हूँ बहुत फटाफट कर लेती है, बहुत जल्दी कैच कर लेती है. उसे कभी बताना नहीं पड़ता कि रिदम ये गलत है ये है, बट वो फटाफट कर लेती है, फटाफट करके मुझे हमेशा दिखा देती है. लास्ट टाइम हमारा कॉम्पिटिशन हुआ था सैडअप इन में, तब रिदम फर्स्ट प्राइज जीत के लेकर आई थी, एंड आई एम वेरी हैप्पी कि वो हमेशा डांस में अच्छा अच्छा प्राइज जीत के लेकर आती है. ਜਦੋਂ ਮੈਂ ਪਹਿਲੇ ਮਤਲਬ KKHD ਵਿੱਚ ਨਹੀਂ ਸੀ ਹੈਗੀ, ਉਦੋਂ ਮੈਨੂੰ ਜ਼ਿਆਦਾ ਕੋਈ ਨਹੀਂ ਸੀ ਜਾਣਦਾ. ਮੇਰੇ ਘਰ ਵਾਲੇ ਹੋ ਗਏ, ਸਕੂਲ ਵਾਲੇ ਹੋ ਗਏ, ਅਤੇ ਜਿਹੜੇ ਫਰੈਂਡਸ ਮੈਂ ਬਾਹਰ ਬਣਾਏ ਬਸ ਉਹੀ ਥੋੜ੍ਹੇ ਬਹੁਤੇ ਜਾਂਦੇ ਸੀ. ਬਟ ਜਦੋਂ ਹੁਣ ਮੈਂ KKHD 'ਚ ਆਈ ਹਾਂ, ਜਿਨ੍ਹਾਂ ਨੂੰ ਮੈਂ ਨਹੀਂ ਜਾਣਦੀ ਉਹ ਤੱਕ ਮੈਨੂੰ ਜਾਣਦੇ ਆ. ਮੈਨੂੰ KKHD ਨੇ ਇੰਨਾ ਸਪੋਰਟ ਕੀਤਾ ਹੈ, ਇੰਨਾ ਉੱਚਾ ਪਹੁੰਚਾਇਆ. ਮੈਂ ਚਾਹੁੰਦੀ ਹਾਂ ਕਿ ਮੈਂ ਹੋਰ ਵੀ ਅੱਗੇ ਪਹੁੰਚਾਂ. ਮੈਨੂੰ ਮਤਲਬ ਹਰ ਇੱਕ ਖੇਤਰ ਵਿੱਚ ਮੈਂ ਬਹੁਤ ਅੱਗੇ ਹਾਂ. ਮੈਂ ਬਾਬਾ ਜੀ ਅੱਗੇ ਇਹੀ ਅਰਦਾਸ ਕਰਦੀ ਹਾਂ ਕਿ ਮੈਨੂੰ ਮੇਰੀ ਮਿਹਨਤ ਦਾ ਫਲ ਮਿਲੇ, ਮੇਰੇ ਮੰਮਾ ਪਾਪਾ ਦਾ ਨਾਮ ਰੋਸ਼ਨ ਹੋਏ, ਮੇਰੇ ਦਾਦੀ ਦਾਦੂ ਬਹੁਤ ਖੁਸ਼ ਹੋਣ, ਚਾਚੀ ਚਾਚੂ ਖੁਸ਼ ਹੋਣ, ਅਤੇ ਮੈਂ KKHD ਜਿੱਤ ਕੇ ਆਵਾਂ. ਥੈਂਕ ਯੂ KKHD.